7 ਨਵੰਬਰ ਸਨ 1893 ਇਸ ਦਿਨ ਅਮਰੀਕਾ ਦੇ ਕੋਲੋਰਾਡੋ ਰਾਜ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਗਿਆ। ਅਜਿਹਾ ਅਮਰੀਕੀ ਇਤਿਹਾਸ ਵਿੱਚ ਪਹਿਲੀ ਵਾਰ ਸੀ ਕਿ ਕਿਸੇ ਰਾਜ ਨੇ ਲੋਕਮਤ ਉੱਤੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੋਵੇ। ਅੱਜ ਦੇ ਹੀ ਦਿਨ ਸਨ 1917 ਨੂੰ ਰੂਸ ਵਿੱਚ ਬੋਲਸ਼ੇਵਿਕ ਕ੍ਰਾਂਤੀ ਦਾ ਆਰੰਭ ਹੋਇਆ। ਵਲਾਦੀਮੀਰ ਇਲੀਚ ਲੈਨਿਨ ਦੀ ਅਗਵਾਈ ਵਿੱਚ ਫੌਜ ਵੱਲੋਂ ਰੂਸ ਦੀ ਅਲੈਗਜ਼ੈਂਡਰ ਕ੍ਰੈਂਸਕੀ ਦੀ ਆਰਜ਼ੀ ਸਰਕਾਰ ਨੂੰ ਖਤਮ ਕਰਨ ਲਈ ਵਿਦਰੋਹ ਸ਼ੁਰੂ ਕੀਤਾ ਗਿਆ। ਸੰਨ 1998 ਦੀ 7 ਨਵੰਬਰ ਨੂੰ ਦੁਨੀਆ ਦਾ ਸਭ ਤੋਂ ਬਜ਼ੁਰਗ ਵਿਅਕਤੀ ਜੋਹਨ ਗਲੇਨ ਪੁਲਾਰਡ ਦੀ ਸਫਲ ਯਾਤਰਾ ਕਰਕੇ ਵਾਪਸ ਧਰਤੀ ਉੱਤੇ ਆਇਆ। ਜੋਹਨ ਗਲੇਨ ਪਹਿਲਾ ਅਮਰੀਕਨ ਸੀ ਜਿਸਨੇ ਧਰਤੀ ਦੁਆਲੇ 3 ਵਾਰ ਚੱਕਰ ਕੱਟਿਆ। 7 ਨਵੰਬਰ ਸਾਲ 2003 ਇਸ ਦਿਨ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁਸ਼ ਨੇ ਅਮਰੀਕਾ ਵਿੱਚ ਗਰਭਪਾਤ ਕਰਵਾਉਣ ਉੱਤੇ ਰੋਕ ਲਗਾ ਦਿੱਤੀ।